सारे साथी ने खड़ीस लिया मोदी चलता मैच तो नाल नाल चलती है इन्हों की सीप डैडी चाचू तन्ने ऐ चाचू चलती है सीप जित गई इंडिया पहला लास्ट ये मैच देखिए पहला नाल नाल ये पुराना मैच है चाचा भी चीका मारी जाना वो आ पुराना गया सी की करिए मैच का देखो जल्दी जल्दी की बनता सीप वाले सीप दे औखा इन्हों का और तुम हट जाओ सीप खेडो गोला है नी छिटी है नी चौकी है नी अच्छा ओए छे ए ए छे छे ना चाचा इंडिया जीत लो जी रीप्ले देखते हैं की बनया चाचा हेलो कर दे रीप्ले दिखा देने छेती छेती उधर की रौला पिया हुणे पुलिस वाले आए सी अंदर चलदी चाचू ने सीप संडे नू चाचा कैवो ए रोमी चाचा
ਆਪਾ ਬੋਬੀ ਚਾਚਾ ਮੋਢੀ ਚਾਚਾ ਉਹ ਵੀ ਆਪਣਾ ਚਾਚਾ ਹੋਰ ਚਾਚਾ ਰਾਜੂ ਚਾਚਾ ਰਾਜੂ ਚਾਚਾ ਕਿਵੇਂ ਆ ਚੱਕਦੇ ਇੰਡੀਆ ਕਿਵੇਂ ਜਿੱਤੀ ਮੇਰਾ ਜਿਤਾਈ ਆ ਅੱਜ ਸੀਗਾ ਇੰਡੀਆ ਦਾ ਮੈਚ ਇੰਡੀਆ ਮੈਚ ਸੀਰੀਜ਼ ਜਿੱਤ ਚੁੱਕੀ ਆ ਤੇ ਮੈਂ ਕੁਛ ਇਹ ਵੀਡੀਓ ਥੋੜ੍ਹੀ ਹੈਗੀ ਆ ਜਿਹਦੇ ਵਿੱਚ ਆਪਾਂ ਕਿਸਾਨ ਵੀਰਾਂ ਦੀ ਸਪੋਰਟ ਲਈ ਚਾਚੂ ਗਏ ਸੀਗੇ ਅਤੇ ਮੰਮੀ ਵੀ ਗਏ ਸੀ ਚਾਚੂ ਨੇ ਕੁਛ ਕਲਿਪਸ ਬਣਾਏ ਸੀ ਮੈਂ ਚਾਚੂ ਤੋਂ ਲਿੱਤੇ ਚਾਚੂ ਫਿਰ ਕੀ ਕਹਿਣਾ ਕਿਸਾਨਾਂ ਲਈ ਵੀਰੇ ਦੇਖ ਜੋ ਵੀ ਉਹ ਹੁਣ ਕਰ ਰਹੇ ਨੇ ਜੋ ਵੀ ਹੁਣ ਕੇਂਦਰ ਸਰਕਾਰ ਮੀਟਿੰਗਾਂ ਦੇ ਵਿੱਚ ਬਸ ਜਾ ਜੂ ਕੇ ਬਸ ਟਾਈਮ ਪਾਸ ਕਰ ਰਹੀ ਆ ਫਸਾ ਰਹੀ ਆ ਇਹ ਗਲਤ ਹੋ ਰਿਹਾ ਵਾ ਅਤੇ 8 ਤਰੀਕ ਨੂੰ ਐਲਾਨ ਕੀਤਾ ਵਾ ਜੀ ਫਾਰਮੂਲਾਸ ਨੇ ਵੀ ਆਪਣਾ ਬੰਦ ਰੱਖਾਂਗੇ ਭਾਰਤ ਪੂਰਾ ਸਹਿਯੋਗ ਦੇਵਾਂਗੇ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਮੋਦੀ ਦਾ ਜਲੂਸ ਕੱਢਾਂਗੇ ਇੱਕ ਵਾਰ ਤਾਂ ਮੋਦੀ ਸਾੜਤਾ ਉੱਥੇ ਫੇਰ ਸਾੜਾਂਗੇ ਹੁਣ ਦੁਬਾਰਾ ਬਸ ਹਾਂ ਤੇ ਮੋਦੀ ਬੜਾ ਕਰਦਾ ਨਾ ਉਹਦੇ ਬਦਾਮਾਂ ਬਦੂਮਾਂ ਦੇ ਸਭ ਲੰਗਰ ਲਾਏ ਪੈਣੇ ਭਰਾਵਾ ਕਿ ਤੂੰ ਲਾ ਕੇ ਦਿਖਾ ਤੈਨੂੰ ਦੱਸੀਏ ਫਿਰ ਕਿ ਚਾਚਾ ਤੂੰ ਯਾਰ ਚਾਹ ਦਾ ਲੰਗਰ ਲਾ ਦੇ ਉਹ ਬਹੁਤ ਸਕੰਜਮੀ ਦਾ ਲਾ ਦਿੰਦੇ ਯਾਰ ਤੇ ਉਹਨੂੰ ਇੰਨਾ ਕਹੇ ਕਿ ਭਰਾਵਾ ਲੈ ਲਾ ਆਪਣੇ ਬਿੱਲ ਬੁੱਲ ਜੇ ਪਿੱਛੇ ਅਤੇ ਇਹਦੇ ਵਿੱਚ ਮੈਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਜੋ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰ ਅਤੇ ਹਰਿਆਣੇ ਦੇ ਵਿੱਚ ਜਿਹੜੇ ਸਪੋਰਟਸ ਦੇ ਵਿੱਚ ਜਿਨ੍ਹਾਂ ਨੂੰ ਮੈਡਲ ਮਿਲੇ ਸੀ ਅਰਜੁਨ ਅਵਾਰਡ ਜਿਹੜੇ ਅਵਾਰਡ ਉਹਨਾਂ ਸਾਰਿਆਂ ਨੇ ਆਪਣੇ ਅਵਾਰਡਸ ਵਾਪਸ ਕਰ ਚੁੱਕੇ ਨੇ ਅਤੇ ਉਹਨਾਂ ਨੂੰ ਕਾਲਸ ਵੀ ਆਈ ਸੀਗੀ ਕਿ ਤੁਸੀਂ ਆਪਣੇ ਅਵਾਰਡ ਪਲੀਜ਼ ਨਾ ਮੜੋ ਪਰ ਉਹ ਵੀ ਕਿਸਾਨੀ ਨੇ ਕਿਸਾਨਾਂ ਦੇ ਪਰਿਵਾਰਾਂ ਤੋਂ ਹੀ ਆਏ ਨੇ ਅਤੇ ਸਾਰੇ ਆਪਣੇ ਅਵਾਰਡ ਅਤੇ ਇਹਦੇ ਵਿੱਚ ਮੈਂ ਇਹਨਾਂ ਸਭ ਨੂੰ ਮਿਲਾਊਂਗਾ ਵੇਟ ਲਿਫਟਰ ਤਾਰਾ ਸਿੰਘ ਜੀ ਨੂੰ ਜੋ 1982 ਦੇ ਵਿੱਚ ਵੇਟ ਲਿਫਟਿੰਗ ਕੀਤੀ ਹੈ ਜਿਹਨਾਂ ਨੇ ਅਤੇ ਉਹਨਾਂ ਦੇ ਕਿੰਨੇ ਹੁਣ ਤੱਕ ਦੇ ਇੰਡੀਆ ਲਈ ਉਹਨਾਂ ਨੇ 13 ਮੈਡਲ ਲਿੱਤੇ ਨੇ ਅਤੇ ਉਹ ਵੀ ਆਪਣਾ ਮੈਂ ਸਰ ਨੂੰ ਇੱਕ ਸਾਲ ਤੋਂ ਜਾਣ ਰਿਹਾ ਸੀਗਾ ਅਤੇ ਸਰ ਨੂੰ ਵੀ ਮੈਂ ਤੁਹਾਨੂੰ ਮਿਲਾਊਂਗਾ ਅਤੇ ਆਈ ਥਿੰਕ ਇਸ ਤੋਂ ਪਹਿਲਾਂ ਕਲਿੱਪ ਆਜੂ ਪਤਾ ਨਹੀਂ ਇਸ ਤੋਂ ਬਾਅਦ ਉਹ ਕਲਿੱਪ ਆਜੂਗੀ ਅਤੇ ਸਾਰੇ ਜਾਣੇ ਕੱਲ੍ਹ ਜਾ ਚੁੱਕੇ ਨੇ ਉੱਥੇ ਦਿੱਲੀ ਵੱਲ ਵੀ ਉਹ ਵੀ ਅਤੇ ਦੇਖਦੇ ਹਾਂ ਉਹਨਾਂ ਦਾ ਕੀ ਸਹਿਯੋਗ ਹੁੰਦਾ ਵਾ ਕਿੱਦਾਂ ਰਹਿੰਦਾ ਵਾ ਆਪਾਂ ਸਾਰੇ ਮਿਲ ਕੇ ਫਾਰਮਰਾਂ ਦਾ ਉਹ ਕਰਾਂਗੇ ਅਤੇ ਕੁਛ ਕਲਿੱਪਸ ਮੈਂ ਆਪਣੇ ਫਰੈਂਡਸ ਤੋਂ ਮੰਗਾਈਆਂ ਨੇ ਜੋ ਦਿੱਲੀ ਗਏ ਨੇ ਉਹਨਾਂ ਤੋਂ ਵੀ ਆਪਾਂ ਨੂੰ ਉਹ ਕਲਿੱਪਸ ਮਿਲ ਜਾਣਗੀਆਂ ਅਤੇ ਉਮੀਦ ਕਰਦੇ ਹਾਂ ਕਿ ਜੋ ਸਫ਼ਰ 'ਤੇ ਗਏ ਹੋਏ ਨੇ ਉਹਨਾਂ ਦਾ ਵਧੀਆ ਰਹੇ ਅਤੇ ਮੋਦੀ ਆਪਣਾ ਬਿੱਲ ਛੇਤੀ ਛੇਤੀ ਵਾਪਸ ਲਵੇ ਅਤੇ ਦੇਖਦੇ ਹਾਂ ਜੇ ਵਲੋਗ ਜਿੰਨਾ ਅੱਗੇ ਜਾਂਦਾ ਅਤੇ ਜੇ ਕੱਲ੍ਹ ਇੱਥੇ ਕੁਛ ਹੋ ਜਾਂਦਾ ਹੁੰਦਾ ਮੈਂ ਵਿੱਚ ਜ਼ਰੂਰ ਲਊਂਗਾ ਮੇਰੇ ਮੰਮਾ ਹੋਣਾ ਵੀ ਆਂਗਨਵਾੜੀ ਦੇ ਵਿੱਚ ਨੇ ਅਤੇ ਮੰਮਾ ਹੋਣੀ ਵੀ ਗਏ ਸੀਗੇ ਆਪਣਾ ਧਰਨੇ ਦੇ ਵਿੱਚ ਅਤੇ ਦੇਖਦੇ ਹਾਂ ਕੀ ਬਣਦਾ ਧਰਨੇ ਲਗਾਤਾਰ ਲੱਗ ਰਹੇ ਨੇ ਮੋਦੀ ਨੂੰ ਸ਼ਰਮ ਚਾਹੀਦੀ ਅਤੇ ਉਸ ਕੰਗਣਾ ਨੂੰ ਚਾਹੀਦੀ ਹੈ ਸ਼ਰਮ ਕਿ ਜਿਨ੍ਹਾਂ ਦਾ ਖਾਨੀ ਆ ਉਹਨਾਂ 'ਤੇ ਉਹ ਕਰਦੀ ਹੈ ਠੀਕ ਆ ਨਾ ਤੇਰਾ ਤਾਂ ਛੱਡ ਕੀ ਗਾਣੇ ਉਹਨਾਂ ਦੇ ਅਤੇ ਇੱਦਾਂ ਹੀ ਵਲੋਗ ਨੂੰ ਪਿਆਰ ਦਿੰਦੇ ਰਹੋ ਸਪੋਰਟ ਕਰਿਓ ਅਤੇ ਮਿਲਦੇ ਆਪਾਂ ਇੱਦਾਂ ਹੀ ਨੈਕਸਟ ਵਲੋਗ ਦੇ ਵਿੱਚ ਜੇ ਇਹ ਥੋੜ੍ਹਾ ਜਿਹਾ ਲੰਬਾ ਰਿਹਾ ਤਾਂ ਆਪਾਂ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਅਤੇ ਉਹ ਤਾਂ ਆਪਣੇ ਖੱਪੀ ਲੱਗੇ ਹੋਏ ਨੇ ਖੱਪ ਕਰ ਅਤੇ ਜਦ ਸਬਸਕ੍ਰਾਈਬਰ ਮਿਲਦੇ ਰਹਿੰਦੇ ਨੇ ਬਹੁਤ ਵਧੀਆ ਲੱਗਦਾ ਅਤੇ ਮੈਨੂੰ ਇੱਕ ਮੇਰੇ ਸਬਸਕ੍ਰਾਈਬਰ ਦੀ ਮੈਂ ਵੀਡੀਓ ਪਾ ਨਹੀਂ ਪਾਇਆ ਕਿਸੇ ਤਰੀਕੇ ਨਾਲ ਮੇਰੇ ਤੋਂ ਮਿਸ ਹੋ ਚੁੱਕੀ ਸੀਗੀ ਅਤੇ ਸੋਰੀ ਵੀਰੇ ਤੁਸੀਂ ਇੰਨਾ ਮੈਨੂੰ ਪਿਆਰ ਦਿੰਦੇ ਹੋ ਅਤੇ ਉਹ ਵੀਡੀਓ ਇਸ ਵੀਡੀਓ ਦੇ ਵਿੱਚ ਜ਼ਰੂਰ ਇਸ ਵੀਡੀਓ 'ਚ ਅਗਲੇ ਵੀਡੀਓ ਦੇ ਵਿੱਚ ਮੈਂ ਜ਼ਰੂਰ ਸ਼ੇਅਰ ਕਰੂੰਗਾ ਅਤੇ ਜਦ ਮਿਲਦੇ ਨੇ ਬਹੁਤ ਜ਼ਿਆਦਾ ਪਿਆਰ ਮਿਲਦਾ ਹੁਣ ਕਈ ਵਾਰ ਲੁਧਿਆਣੇ ਵੀ ਜਾਂਦੇ ਹਾਂ ਜ਼ਿਆਦਾ ਨਹੀਂ 1-2 ਸਬਸਕ੍ਰਾਈਬਰ ਉੱਥੇ ਮਿਲਦਾ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਅਤੇ ਇੱਦਾਂ ਹੀ ਪਲੀਜ਼ ਸਾਰੇ ਵਲੋਗ ਨੂੰ ਪਿਆਰ ਦਿੰਦੇ ਰਹੋ ਤੁਹਾਡੇ ਲਈ ਇੱਦਾਂ ਹੀ ਨਵੀਂ ਹੁਣ ਵੀਡੀਓ ਲੈ ਕੇ ਆਵਾਂ ਵੀਕ ਦੇ ਵਿੱਚ ਆਪਾਂ 2 ਵਲੋਗ ਤੁਹਾਡੇ ਲੈ ਕੇ ਆਵਾਂਗੇ ਓਕੇ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਜੀ ਗਲੋਤਰਾ ਕਨਫੈਕਸ਼ਰੀ ਦੇ ਅਤੇ ਆਪਾਂ ਨੂੰ ਆਪਣੇ ਅੱਜ 2nd ਸਬਸਕ੍ਰਾਈਬਰ ਮਿਲੇ ਵਧੀਆ ਲੱਗਦਾ ਜਦ ਸਬਸਕ੍ਰਾਈਬਰ ਮਿਲਦੇ ਨੇ ਤਾਂ ਬਹੁਤ ਵਧੀਆ ਲੱਗਦਾ ਅਤੇ ਵੀਰੇ ਤੁਹਾਡਾ ਨਾਮ ਕੀ ਆ ਕੀ ਰਵਜੋਤ ਇੱਕ ਮੇਰਾ ਵੀ ਫਰੈਂਡ ਆ ਜਿਹਨੇ ਮੇਰਾ ਚੈਨਲ ਬਣਾਇਆ ਉਹਦਾ ਨਾਮ ਵੀ ਰਵਜੋਤ ਆ ਅਤੇ ਵੀਰਾ ਕੀਰਤ ਦਾ ਫਰੈਂਡ ਆ ਸੋਰੀ ਬ੍ਰਦਰ ਕੀਰਤ ਦੇ ਬ੍ਰਦਰ ਨੇ ਜਿਹਨੇ ਥੋੜ੍ਹਾ ਜਿਹਾ ਮੈਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਕਿ ਵੀਰੇ ਤੁਸੀਂ ਵਲੋਗਿੰਗ ਕਿੱਦਾਂ ਕਿੱਦਾਂ ਕਰ ਲਓ ਅਤੇ ਮੈਂ ਵੀਰੇ ਦਾ ਬਹੁਤ ਥੈਂਕਸ ਕਰਦਾ ਕਿ ਵੀਰਾ ਸਾਡੇ ਸਾਰੇ ਚੈਨਲ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਵੀਰੇ ਸ਼ਬਦ ਨਹੀਂ ਹੈਗੇ ਅਤੇ ਵੀਰੇ ਨੂੰ ਇੱਦਾਂ ਹੀ ਆਪਾਂ ਮਿਲਦੇ ਰਹਾਂਗੇ ਵੀਰਾ ਆਈ ਥਿੰਕ ਸਾਡੇ ਥੋੜ੍ਹੇ ਘਰ ਛੱਡ ਕੇ ਹੀ ਰਹਿਣਾ ਮੇਰਾ ਪ੍ਰਦੇਸੀ ਵੀ ਘਰ ਆ ਸਾਹਮਣੇ ਆ ਬਿਲਕੁਲ ਵੀਰੇ ਦੇ ਅਤੇ ਇੱਦਾਂ ਹੀ ਵੀਰੇ ਆਪਾਂ ਮਿਲਦੇ ਰਹਾਂਗੇ ਓਕੇ ਬਾਏ ਵੀਰੇ ਮਿਲਾਉਣ ਚੱਲੇ ਸੀਗੇ ਜੀ ਅਰਜੁਨ ਅਵਾਰਡ ਤਾਰਾ ਸਿੰਘ ਜੀ ਨੂੰ ਜੋ ਵੇਟ ਲਿਫਟਰ ਨੇ ਅਤੇ ਸਤਿ ਸ਼੍ਰੀ ਅਕਾਲ ਸਰ ਜੀ ਅਤੇ ਸਰ ਨੂੰ ਮੈਂ ਪਿਛਲੇ 1 ਸਾਲ ਤੋਂ ਜਾਣ ਰਿਹਾ ਵਾਂ ਅਤੇ ਮੈਂ ਸੋਚਿਆ ਅੱਜ ਸਰ ਨਾਲ ਆਪਾਂ ਤੁਹਾਨੂੰ ਵੀ ਮਿਲਾਈਏ ਤੁਸੀਂ ਵੀ ਸਰ ਬਾਰੇ ਜਾਣ ਪਾਓ ਅਤੇ ਸਰ ਤੁਸੀਂ ਆਪਣੇ ਬਾਰੇ ਦੱਸਿਓ ਕਿ ਤੁਸੀਂ ਕਿਹੜੇ ਸੰਚ ਜਾਂ ਤੁਸੀਂ ਵੇਟ ਲਿਫਟਿੰਗ ਕਰਦੇ ਸੀਗੇ ਅਤੇ ਕਿਹੜੇ ਕਿਹੜੇ ਅਵਾਰਡ ਨੇ ਤੁਹਾਡੇ ਪਿਆਰੇ ਸਰੋਤਿਓ ਵੈਸੇ ਤੁਸੀਂ ਮੇਰਾ ਨਾਮ ਕਾਫੀ ਸੁਣਿਆ ਮੇਰਾ ਨਾਮ ਤਾਰਾ ਸਿੰਘ ਅਰਜੁਨ ਅਵਾਰਡੀ ਹੈ ਮੈਂ ਵੇਟ ਲਿਫਟਿੰਗ ਸਪੋਰਟਸ ਕੀਤੀ ਹੈ 1982 ਏਸ਼ੀਅਨ ਗੇਮ ਦੇ ਵਿੱਚ ਮੈਂ ਇੰਡੀਆ ਦੇ 2 ਮੈਡਲ ਲਏ ਆ
और उस टाइम इंडिया का मैं पहला भारती सी जिसने एशिया लैवल से दो मैडल लाए सी। एशियन गेम 1951 तो शुरू हुई सी ते 1982 में जो दो मैडल आए से वो पहले मेरे सन। मैं एशियन गेम 1982 में एशियन नंबर कार्ड भी किया सी। उस तो बाद एशियन चैंपियनशिप्स में भी मैं 3 मैडल लाए, सो टोटल मेरे एशियन लैवल 5 मैडल लिया। एशियन गेम के लैवल अजे तक भी इंडिया के मैन सैक्शन का कोई मैडल ना पहला सी ना अज तक आ और फस्ट इंडियन आ और इंडिया का स्ट्रोंग मैन स्ट्रोंगेस्ट मैन रहा, बेस्ट वेट लिफ्टर रहा, तो कॉमनवेल्थ चैंपियन भी बनता मैं मौका मिले 1985 में। सो लगातार मैनू इंटरनेशनल 12 मैडल हासिल करने का मौका मिले तो इंडिया का नैशनल फ्लैग जिन्हों झंडा कहते हैं असि उस राष्ट्रीय जरा गीत गाया जाता वो 12 बार इंडिया का झंडा खड़ा करके मैं उन्होंने लहराया। तो सब तो बड़ी अचीवमेंट मेरी ये भी है कि मैं एशियन एथलीट कमीशन का फस्ट इंडियन हाँ जो वेट लिफ्टिंग उसका मैंबर हाँ। मैनु यह मैंबर बैंकॉक 2016 लिया गया सी। ते मैं जी जॉब की रेलवे मैं चीफ इंस्पैक्टर टिकट ट्रैफिक के रिटायर होमिट ली सी 2011 और बेसिकली आई बिलोंग टू ए सपोर्ट्स फैमिली एंड जिमीदार फैमिली। जिमीदार के होने के नाते नाते मैं जी अपनी स्पोर्ट शुरू करने तो पहला मैं आप खेती की है। रिटायरमेंट होने के बाद भी मैं अपनी फसल बाड़ी देख रहा हाँ। सो मेरे जिन्हें भी स्रोते सुनते हो मेरी सारे बहुत जोर अपील यही है कि तुसी बच्चे जड़े आ यंग वन जे आ स्पोर्ट्स अडोप्ट करो ताकि अपना अपने पेरेंट्स का समाज का पंजाब का देश का नाम उच्चा कर सको। सो मेरे लिए यही आशीर्वाद है। तो अच्छ सर आए थे असं सोचे कि सर ना वीडियो बनाइए। सर भी अच्छ दिल्ली चले सके। सर आप उस टॉपिक थोड़ी जी माड़ा चानन पाओगे कि जिन्हें भी अपना अपने पंजाब तो 37 स्पोर्ट्स परसन जो जिन्होंने अवार्ड्स मिले ने सारे अपने मैडल तो अपने अवार्ड्स सारे मोड़न चले ने सर वो रिकॉर्डिंग कुछ दसना चाहोगे। अज जिन्हें भी पंजाब के पुरस्कार जिन्होंने सेंटर गौरमेंट जो इंडियन गौरमेंट उत्ते है जिन्होंने अर्जुन अवार्ड पद्म श्री द्रोणाचार्य अवार्ड तो लाइफ अचीवमेंट अवार्ड जिन्हें भी आते हैं उन्होंने सारिया ने ही तकरीबन यही उन्होंने मन च रंजिश है जिहड़े जिमीदार फैमिली या जिमीदार सिस्टम नूं बिलोंग करते हैं कि असी जिहड़ा सानूं मान सन्मान सेंटर गौरमेंट ने दिता सी असी उन्हूं वापस करन जा रहे हैं। उदे विच सारिया डिफरेंट स्पोर्ट्स दे जिन्हें भी अर्जुन अवार्ड की पद्म श्री या होर अवार्ड विनर से नैशनल लैवल दे वो उत्थे अज जलंधर असी सारे मौजूद कट्ठे हुए सी ते तकरीब 37 अवार्ड असी वापस कर रहे हैं। सो बाबा सरदार बलबीर सिंह सीचेवाल होना ने सानू उत्थे रवाना भी किया। शुक्रिया। तो अज सारे जिहड़े स्पोर्ट्स परसन है जिन्होंने अवार्ड्स मिले सारे दिल्ली चले ने तो उम्मीद करदा कि इन्हों का सफ़र बहुत वधिया रहे तो सरकारों नू चाहीदा कि एडे बड़े लैवल पर आके स्पोर्ट्स परसन अपना अवार्ड चेंज कर इन्हां लई कोई शेम वाली गल नहीं है। शेम वाली गल उन्हां लई है कि वह अपने अवार्ड्स सारे वापस कर रहे हैं। तो मिलते हैं आप तुहानू होर गल्लां करदे हुए। तो ये जी मैं थोड़े नाल कुछ टीवी जो फोटोज़ लीतियां सीगियां मैं शेयर कर रहा कि जो अपने पंजाब के प्लेयर ने थले तुसीं देख सकते हो लिखा हुआ कि हरियाणे के पंजाब के जिन्हें प्लेयर ने अपने अवार्ड जो ने सब जने अपने दे रहे ने वापस केंद्र सरकार को। केंद्र सरकार को उन्हें शर्म चाहिए है कि जिन्होंने तुसीं अवार्ड देने हो सब ने अवार्ड तुहाडे मुँह ते मार सट्टे ने कि हुण तां शर्म कर लो। मोदी को खुद चाहिए इन्ना
कि जिन्हें भी एडे नामी प्लेयर ने जो अवार्ड दिते ने वापस उन्होंने शेम वाली गल नहीं कि उन्होंने अवार्ड चेंज दिते ने, उन्होंने शर्म चाहिए कि थोड़े मूँह से अवार्ड मारे ने चक के उन्होंने। ये जो व्लॉग ये दो चार पार्टा इकट्ठा करके बनया हुआ वैसे तो, क्योंकि कुछ क्लिप मैंने चाचू ने दी कुछ जो सर नाल मैनू सर नाल वीडियो बनाने का यह कारण कि सरू हूँ तो जो जनरेशन आसू जाना, क्योंकि उस टाइम सर वो परसन ने जिन्हों का इंदिरा गांधी खुद कॉम्पीटिशन देखने आई सी सर का दिल्ली के बहुत वीडी गल हूँ जी। मैं अपने आप बहुत प्राउडफुल परसन मानता कि मैं उन्होंने इन्ने टाइम तो इन्ने समय तो टाइम स्पेंड कर रहा, तो मैं उन्होंने जानता, तो मैं अपने आप बहुत लक्की समझता कि मैं एक अर्जुन अवार्ड जो प्लेयर ने पंजाब के कि एशियन गेम के जो एडे वे वेट लिफ्टर जिन्हें रिकॉर्ड अज तक नहीं टुट पाया, मैं उन्होंने बैठदा तो उन्होंने मैं कहने पर चलना। तो सर ने भी मेरे लिए बहुत हैल्प की है, एक मैं प्लेटफॉर्म दस की करना, तो डी पी मैडम के थ्रू मैं जसवीर कौर जो डी पी मैडम जिन्हें थ्रू मैं उन्होंने मिलया, मैं उन्होंने भी थैंक्स करना कि उन्होंने करके मैं सर को मिल पाया। तो सर का नेचर बस तुम कह ही नहीं सकते, रिसेंटली सर ने सट लगी हुई थी, तो सर नाल जो मेरा उस टाइम के टाइम स्पेंड होया उस समय के, मैं तो गॉड का थैंक यू करना कि मैं उन्होंने मतलब उन्होंने सेवा करने का उन्ना एक मौका मिले। उन्होंने एक पूरी उन्होंने लाइफ से जो वीडियो होगी मैं जल्द थोड़े ना जो सर वापस आवे थोड़े ना लेके आऊँगा। तो हूँ तक ब्लॉग इन्ना ही क्योंकि कट कट के ब्लॉग आया, उम्मीद करता कि सबू चंगा लगेगा, तो इदा ही ब्लॉग में शेयर करो, कमेंट करो, लाइक करो, तो थोड़ा प्यार चाहिए। ओके बाय, सत श्रीकाल, मिलते हैं भाई नैक्सट ब्लॉग के।